ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸੀ ਦੇ ਵਿੱਚ ਸੋ ਅੱਜ ਦੀ ਜਿਹੜੀ ਵੀਡੀਓ ਇਹ ਤੁਹਾਡੇ ਸਾਰਿਆਂ ਲਈ ਬੜੀ ਜੜੀ ਇੰਪੋਰਟੈਂਟ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਕਿ ਪੰਜਾਬੀ ਕੁਆਲੀਫਾਈਂਗ ਪੇਪਰ A 2023 ਫਾਰ 올 ਪੰਜਾਬ ਜੋਬਸ ਸੋ 2023 ਤੋਂ ਮਤਲਬ ਜਿੰਨੇ ਵੀ ਹੁਣ ਪੰਜਾਬ ਦੇ ਜਿਹੜੇ ਗਵਰਨਮੈਂਟ ਜੋਬਸ ਲਈ ਜਿਹੜੇ ਸਰਕਾਰੀ ਜਿਹੜੇ ਨੌਕਰੀਆਂ ਲਈ ਜਿਹੜੇ ਪੇਪਰ ਹੁੰਦੇ ਨੇ ਹੁਣ ਉਹਨਾਂ ਤੋਂ ਪਹਿਲਾਂ ਜਿਹੜਾ ਮੇਨ ਪੇਪਰ ਹੁੰਦਾ ਹੈ ਉਹਦੇ ਤੋਂ ਪਹਿਲਾਂ ਹੁਣ ਇੱਕ ਪੰਜਾਬੀ ਕੁਆਲੀਫਾਈਂਗ ਜਿਹੜਾ ਪੇਪਰ ਹੈ ਹੁਣ ਤੋਂ ਹੋਇਆ ਕਰੇਗਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਹੁਣੇ ਰੀਸੈਂਟ 11 ਤਰੀਕ ਨੂੰ ਜਿਹੜਾ ਹੈ ਜਿਹੜਾ ਸਟੈਨੋ ਟਾਈਪਿਸ ਜਿਹੜਾ ਪੇਪਰ ਹੋਇਆ ਹੈ ਉਹਦੇ ਵਿੱਚ ਜਿਹੜਾ ਪੇਪਰ ਹੈ ਕੰਡਕਟ ਜਿਹੜਾ ਹੈ ਕਰਵਾਇਆ ਗਿਆ ਸੀ ਠੀਕ ਹੈ ਜੀ ਹੁਣ ਹੋਰ ਵੀ ਜਿਹੜੇ ਪੇਪਰ ਜਿਹੜੇ ਹੋਣੇ ਨੇ ਜਿਵੇਂ ਫਾਇਰਮੈਨ ਦੇ ਜਿਹੜੇ ਹੁਣੇ ਪੋਸਟ ਨਿਕਲੀਆਂ ਸੀਗਾ ਜੀ ਠੀਕ ਹੈ ਜੀ ਫਾਇਰਮੈਨ ਦੀ ਪੋਸਟ ਹੋਗੀ ਆਪਣੀ ਜਾਂ ਤਾਂ ਪਟਵਾਰੀ ਵਾਲੀ ਹੋਗੀ ਪੋਸਟ ਠੀਕ ਹੈ ਜੀ ਸੋ ਇਹਨਾਂ ਸਾਰੀਆਂ ਹੁਣ ਪੋਸਟ ਦੇ ਵਿੱਚ ਜਿਹੜਾ ਹੈ ਪਹਿਲਾ ਪੇਪਰ ਜਿਹੜਾ ਹੈ ਤੁਹਾਡਾ ਪੰਜਾਬੀ ਕੁਆਲੀਫਾਈਂਗ ਦਾ ਜਿਹੜਾ ਹੋਵੇਗਾ ਠੀਕ ਹੈ ਜੀ ਸੋ ਅੱਜ ਦੀਸ ਵੀਡੀਓ ਦੇ ਵਿੱਚ ਆਪਾਂ ਇਹਦੇ ਹੀ ਸਿਲੇਬਸ ਬਾਰੇ ਗੱਲ ਕਰਾਂਗੇ ਸੋ ਦਾ ਕੀ ਕੀ ਸਿਲੇਬਸ ਹੈ ਸੋ ਵੀਡੀਓ ਦੀ ਅੱਗੇ ਸ਼ੁਰੂਆਤ ਕਰਨ ਤੋਂ ਪਹਿਲਾਂ ਜੋ ਵੀ ਇਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਸਭ ਤੋਂ ਪਹਿਲਾਂ मिल सके ठीक है जी सो ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜਾ ਇਗਜ਼ਾਮ ਹੈ ਇਹ 50 ਮਾਰਕਸ ਦਾ ਜਿਹੜਾ ਇਗਜ਼ਾਮ ਹੋਇਆ ਕਰੇਗਾ ਠੀਕ ਹੈ ਜਿਹਦੇ ਵਿੱਚੋਂ ਆ ਜਿਹੜਾ ਕਿ 50% ਜਿਹੜੇ ਆ ਸਕੋਰ ਕਰਨਾ ਜਿਹੜਾ ਜ਼ਰੂਰੀ ਹੈ ਤਾਂ ਹੀ ਤੁਹਾਡਾ ਜਿਹੜਾ ਅਗਲਾ ਪੇਪਰ ਹੈ ਤੁਹਾਨੂੰ ਅੱਗੇ ਜਿਹੜਾ ਕੰਟੈਕਟ ਤੁਹਾਡੇ ਨਾਲ ਜਿਹੜਾ ਕੀਤਾ ਜਾਵੇਗਾ ਮਤਲਬ ਕਿ ਜਿਹੜਾ 50 ਦੇ ਵਿੱਚੋਂ ਮਤਲਬ ਤੁਹਾਡੇ ਜਿਹੜੇ ਆ 25 ਮਾਰਕਸ ਜਿਹੜਿਆ ਨੇ ਜ਼ਰੂਰੀ ਨੇ ਠੀਕ ਹੈ ਜੀ ਫੇਰ ਵੀ ਤੁਸੀਂ ਐਲੀਜੀਬਲ ਹੋਵੋਗੇ ਅਗਲੇ ਅਗਲੇ ਐਗਜ਼ਾਮ ਦੇ ਵਿੱਚ ਬੈਠਣ ਲਈ ਠੀਕ ਹੈ ਜੀ ਸੋ ਬਹੁਤ ਈਜ਼ੀ ਹੈ ਠੀਕ ਹੈ ਆਪਾਂ ਹੁਣ ਤੋਂ ਆਪਾਂ ਜਿਹੜਾ ਇਸ ਰਿਗਾਰਡਿੰਗ ਜਿਹੜੀ ਇਹ ਵੀਡੀਓ ਮੈਂ ਅਪਲੋਡ ਕਰਿਆ ਕਰੂੰਗਾ ਜਿਹਦੇ ਵਿੱਚ ਆਪ ਇਹਦਾ ਸਿਲੇਬਸ ਜਿਹੜਾ ਆਪਾਂ ਕਵਰ ਕਰਾਂਗੇ ਠੀਕ ਹੈ ਸੋ ਆਪਾਂ ਹੁਣ ਇੱਕ ਵਾਰ ਸਿਲੇਬਸ ਤੇ ਜਿਹੜੇ ਨਿਗਾ ਮਾਰਦੇ ਆ ਕਿ ਸਿਲੇਬਸ ਆ ਕੇ ਜਿਹੜਾ ਇਸ ਪੇਪਰ ਲਈ ਹੈ ਉਹ ਕੀ ਹੈ ਠੀਕ ਹੈ ਜੀ ਸੋ ਜਿਵੇਂ ਤੁਸੀਂ ਦੇਖ ਸਕਦੇ ਆ ਸੋ ਇਸ ਵੀਡੀਓ ਦੇ ਫੋਟੋ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਸਰਕਾਰ ਵੱਲੋਂ ਹੀ ਹੈ ਜਿਹੜਾ ਨੋਟੀਫਿਕੇਸ਼ਨ ਜਿਹੜੀ ਉਹਨਾਂ ਵੱਲੋਂ ਸਿਲੇਬਸ ਜਿਹੜਾ ਅਪਲੋਡ ਕੀਤਾ ਗਿਆ ਸੀਗਾ ਠੀਕ ਹੈ ਜੀ ਇਹ ਉਹੀ ਹੈ ਸੋ ਜਿਹਦੇ ਵਿੱਚ ਦੇਖੋ ਸਿਲੇਬਸ ਦੇ ਵਿੱਚ ਆਪਾਂ ਜੇਕਰ ਨਿਗਾਹ ਮਾਰੀਏ ਤਾਂ ਜੀਵਨੀ ਅਤੇ ਰਚਨਾਵਾਂ ਨਾਲ ਸੰਬੰਧਿਤ ਪ੍ਰਸ਼ਨ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੀ ਜੀਵਨੀ ਤੇ ਰਚਨਾਵਾਂ ਦੇ ਨਾਲ ਜਿਹੜੇ ਸੰਬੰਧਿਤ ਪ੍ਰਸ਼ਨ ਹੈ ਜਿਹੜੇ ਉਹ ਤੁਹਾਨੂੰ ਮਤਲਬ ਪੁੱਛੇ ਜਾਣਗੇ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਜੀ ਵਿਰੋਧੀ ਸ਼ਬਦ ਸਮਾਨਾਰਥ ਸ਼ਬਦ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਜੀ ਮੁਹਾਵਰੇ ਅਖਾਣ ਸ਼ਬਦ ਦੇ ਭੇਦ ਸ਼ਬਦ ਕਿੰਨੇ ਤਰ੍ਹਾਂ ਦੇ ਹੁੰਦੇ ਆ ਸ਼ਬਦ ਕੀ ਹੁੰਦੇ ਆ ਹਨਾ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਕਿਹੜੇ ਹੁੰਦੇ ਆ ਅਗੇਤਰ ਪਛੇਤਰ ਵਚਨ ਬਦਲੋ ਲਿੰਗ ਬਦਲੋ ਵਿਸ਼ਰਾਮ ਚਿੰਨ ਸ਼ਬਦਾਂ ਵਾਕਾਂ ਨੂੰ ਸ਼ੁੱਧ ਕਰਕੇ ਲਿਖੋ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਵਿੱਚ ਸ਼ੁੱਧ ਰੂਪ ਠੀਕ ਹੈ ਜੀ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਜਿਹੜਾ ਸ਼ਬਦ ਜਿਹੜੇ ਦਿੱਤੇ ਹੋਣਗੇ ਠੀਕ ਹੈ ਸੋ ਉਹਨੂੰ ਜਿਹੜਾ ਤੁਸੀਂ ਕੀ ਕਰਨਾ ਹੈ ਉਹਨੂੰ ਪੰਜਾਬੀ ਦੇ ਵਿੱਚ ਜਿਹੜਾ ਉਹਦਾ ਸ਼ੁੱਧ ਜਿਹੜਾ ਉਚਾਰਨ ਉਹਦਾ ਕੀ ਬਣਦਾ ਹੈ ਜੀ ਉਹ ਉਹ ਮਤਲਬ ਲਿਖਣਾ ਹੈ ਠੀਕ ਹੈ ਜੀ ਸੋ ਅੰਕਾਂ ਮਹੀਨੇ ਦਿਨਾਂ ਦਾ ਸ਼ੁੱਧ ਪੰਜਾਬੀ ਰੂਪ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਪ੍ਰਸ਼ਨ ਠੀਕ ਹੈ ਜੀ ਇਹ ਜ਼ਰੂਰੀ ਜਿਹੜਾ ਹਿੱਸਾ ਹੈ ਠੀਕ ਹੈ ਪੰਜਾਬੀ ਇਤਿਹਾਸ ਦੇ ਨਾਲ ਪ੍ਰਸ਼ਨ ਤੇ ਪੰਜਾਬ ਦੇ ਸੱਭਿਆਚਾਰ ਨਾਲ ਸੰਬੰਧਿਤ ਪ੍ਰਸ਼ਨ ਠੀਕ ਹੈ ਜੀ ਸੋ ਇਹ ਵਾਲਾ ਜਿਹੜਾ ਸਿਲੇਬਸ ਹੈ ਠੀਕ ਹੈ ਜੀ ਜੋ ਕਿ ਤੁਹਾਨੂੰ ਜਿਹੜਾ ਹੈ ਪੇਪਰ ਏ ਜਿਹੜਾ ਕੁਆਲੀਫਾਈਂਗ ਪੇਪਰ ਹੈ ਪੰਜਾਬੀ ਦਾ ਜਿਹਦੇ ਵਿੱਚ ਤੁਹਾਨੂੰ ਇਸ ਦੇ ਰਿਗਾਰਡਿੰਗ ਜਿਹੜੇ ਹੈ ਸਿਲੇਬਸ ਦੇ ਰਿਕਾਰਡਿੰਗ ਕੁਸ਼ਚਨ ਜਿਹੜੇ ਤੁਹਾਨੂੰ ਪੁੱਛੇ ਜਾਣਗੇ ਸੋ ਬਹੁਤ ਈਜ਼ੀ ਹੈ 50 50 ਦੇ ਵਿੱਚੋਂ 25 ਮਾਰਕਸ ਲੈਣੇ ਬਹੁਤ ਜ਼ਿਆਦਾ ਈਜ਼ੀ ਹੈ ਠੀਕ ਹੈ ਜੀ ਸੋ ਆਪਾਂ ਇਸ ਰਿਲੇਟਿਡ ਹੀ ਜਿਹੜੇ ਆਪਾਂ ਸਾਰੇ ਸਿਲੇਬਸ ਨੂੰ ਜਿਹੜਾ ਆਪਾਂ ਕਵਰ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਤੇ ਮੈਂ ਜਿਹੜੇ ਅਪਲੋਡ ਵੀ ਵੀਡੀਓਜ਼ ਜਿਹੜਾ ਮੈਂ ਇਸ ਰਿਗਾਰਡਿੰਗ ਕਰਦੇ ਰਾਵਾਂਗਾ ਕਿਉਂਕਿ ਹੁਣ ਅੱਗੇ ਜਾ ਕੇ ਜਿਵੇਂ ਕਿ ਮੈਂ ਕਿਹਾ ਇਹ ਕਿ ਫਾਇਰਮੈਨ ਠੀਕ ਹੈ ਜੀ ਡਰਾਈਵਰ ਜਿਹੜੇ ਆਪਾਂ ਹੁਣੇ ਪੋਸਟਸ ਜਿਹੜੀਆਂ ਨਿਕਲੀਆਂ ਐ ਠੀਕ ਹੈ ਜੀ ਤੇ ਉਸ ਤੋਂ ਬਾਅਦ ਪਟਵਾਰੀ ਠੀਕ ਹੈ ਜੀ ਸੋ ਇਹਨਾਂ ਸਾਰਿਆਂ ਦਾ ਜਿਹੜਾ ਐਗਜ਼ਾਮ ਹੈ ਇਹ ਇਹਦੇ ਐਗਜ਼ਾਮ ਹੋਣਾ ਹੈ ਠੀਕ ਹੈ ਉਤੋਂ ਪਹਿਲਾਂ ਤੁਹਾਡੇ ਕੁਆਲੀਫਾਈਂਗ ਹੋਣਾ ਹੈ ਠੀਕ ਹੈ ਜੀ ਸੋ ਮੈਨੂੰ ਉਮੀਦ ਹੈ ਤੁਹਾਨੂੰ ਜਿਹੜੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ